ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਵਾਂ ਸ਼ੇਰਾ ਅੱਜ ਆਪਾਂ 61 ਤੇ ਬੋਲਣ ਜਾ ਰਹੇ ਹਾਂ। 25-11, 35-11 ਤੇ 45-11 ਇਹਦੇ ਭਰਾ ਛੋਟ ਤੇ 61-11 ਉਹ ਅੱਜ ਜਿਹਨੂੰ ਲੋਕੀ ਵੱਡਾ ਕਹਿੰਦੇ ਆ, ਡੋਲੂ ਕਰਾਹ ਪਾ ਕੇ ਉੱਥੇ ਬੁੱਕਿਆ ਝੋਟਾ ਜਿਹਨੂੰ ਪੰਜਾਬ 'ਚ ਕਈ ਝੱਲੀ ਦੇ ਕਈ ਖੱਡਾ ਕਹਿੰਦੇ ਆ। 1977 ਜਿਹੜਾ ਜਨਮ ਹੋਇਆ ਚੰਡੀਗੜ੍ਹ ਦੇ ਨੇੜੇ ਸ਼ਹਿਰ ਪਜੌਰ 'ਚ, ਇਹਦੀ ਸੀਟ 'ਤੇ ਬਹਿ ਕੇ ਐਂ ਲੱਗਦਾ ਜਿਵੇਂ ਮਹਾਰਾਜਾ ਰਣਜੀਤ ਸਿੰਘ ਬੈਠਾ ਹੁੰਦਾ ਲਾਹੌਰ 'ਚ। ਦੋ ਬੈਟਰੀਆਂ ਆਉਂਦੀਆਂ ਇਹਨੂੰ ਮੁੱਢੋਂ, ਦੋ 'ਤੇ ਇਕੱਲੀ ਕੈਰੀ ਨਾਲ ਇੰਜਣੇ ਦਾ ਗਿੜਦਾ ਨਹੀਂ, ਤਕੜਿਆਂ ਨਾਲ ਲਾਇਆ ਮੱਥੇ ਨੇ ਜਾ ਕੇ, ਤਕੜਿਆਂ ਨਾਲ ਕਦੇ ਮਾੜੇ ਨਾਲ ਜਾ ਕੇ ਭਿੜਦਾ ਨਹੀਂ। ਰੰਬੜ ਵਾਹਣ ਜੇ ਪੱਟਣਾ ਹੋਵੇ ਪਲਾਉਣਾ, ਫਿਰ ਹੱਥ ਮਾਰਲੇ ਕਰਕੇ ਟਾਪ ਲੋ 'ਤੇ 389 ਦੀ ਹੁੱਡ ਦਾ ਭੁਲੇਖਾ ਪੈਂਦਾ ਜਦੋਂ ਨਿਗਾਹ ਵੱਜਦੀ ਆ ਜਾ ਕੇ ਸ਼ੋ 'ਤੇ। HMT ਦਾ ਲੱਗਿਆ ਲੋਗੋ ਭਾਵੇਂ, ਪਰ ਤਕਨੀਕ ਆ ਇਹ ਜੀਟਰ ਦੀ, ਦੋ ਵਾਰ ਭਰੇ ਤੋਂ ਡੀਜ਼ਲ ਦਾ ਡਰੰਮ ਗੋਡਿਆਂ 'ਤੇ ਮਾਰਦੀ ਇਹਦੀ ਟੈਂਕੀ 85 ਲੀਟਰ ਦੀ, ਪੁਰਾਣੇ ਖੁੰਡ ਨਾਲ ਹੁੰਦਾ ਜੇਕਰ ਇਹਦਾ ਗੱਲ ਜਿੱਥੇ ਜਿੱਥੇ ਵੀ ਇਹਦੀ ਚੱਲੀ ਹੈ। ਹੁਣ ਤਾਂ ਸਾਰੇ ਡਬਲ ਕਲੱਚ ਆ ਗਏ, ਪਰ ਪਹਿਲੀਆਂ 'ਚ ਕੰਬਾਈਨ ਦੀ ਚਾਲ ਇਹ ਨਹੀਂ ਝੱਲੀ ਹੈ। ਟੈਂਕੀ 'ਤੇ ਮੜਗਾੜ ਦੇ ਸੰਤਰੀ ਦੇ ਰੰਗ ਸ਼ੋ ਨੂੰ ਮੁੱਢੋਂ ਖੱਟਾ ਤੁਰਿਆ ਆਉਂਦਾ, ਦੂਜੇ ਹਾਈ 'ਚ 11 ਹਾਣਾਂ 'ਤੇ ਆਏ ਆਉਂਦਾ ਜਿਵੇਂ ਤਾਸ਼ 'ਚ ਹੁਕਮ ਦਾ ਯੱਕਾ ਤੁਰਿਆ ਆਉਂਦਾ। ਥਾਪੀਆਂ ਮਾਰਦਾ ਵੇਖ ਕੇ ਜਰਨੇਟਰ ਨੂੰ ਅਤੇ ਨਾਲੇ ਰੂਟਾ ਵੇਟਰ ਨੂੰ, ਜੜ 'ਚੋਂ ਕਰਕੇ ਭੰਤੀਆਂ ਨੇ ਸ਼ਾਫਟਾਂ ਕਰਚੀਆਂ ਵਾਲੇ ਰੀਪਰ ਦੀਆਂ ਝੋਟੇ ਜਿੰਨੀ ਜਾਨ ਆ ਸਾਹਣ 'ਚ। ਜੱਟ 'ਤੇ ਜ਼ਮੀਨ ਫਰਮ 'ਚ ਇਹਦਾ ਟੌਰ ਵੇਖੀ ਜਦੋਂ 3600 ਫੋੜ ਨਾਲ ਵਗਦਾ ਰੌਲੇ ਵਾਲੇ ਬਾਹਣ 'ਚ। ਵੱਡੇ ਦਿਲ ਅਤੇ ਤਕੜੇ ਗੁਰਦਿਆਂ ਵਾਲੇ ਬੰਦੇ ਆਹੋ, ਜਿਹੜੇ ਖਰਚਾ ਇਹਦਾ ਸਹਿੰਦੇ ਹੈ। ਇਹੋ ਜਿਹੇ ਪੁਰਜੇ ਨੂੰ ਅਮਰੀਕਾ 'ਚ ਗੋਰੇ ਓਲਡ ਸਕੂਲ ਕਹਿੰਦੇ ਆ। ਸ਼ੋਲੇ ਫਿਲਮ ਜਦੋਂ ਚੱਲੀ ਆ ਅਤੇ ਗੱਬਰ ਦੇ ਨਾਂ ਦੀ ਦਹਿਸ਼ਤ ਪੈ ਗਈ ਸੀ ਵੱਡਿਆਂ ਵੱਡਿਆਂ ਸ਼ਹਿਰਾਂ 'ਚ, ਉਹਨਾਂ ਵੇਲਿਆਂ ਨਾਲ ਤੁਰਿਆ ਆਉਂਦਾ ਬਾਈ ਇਹ 16 ਦੇ ਟਾਇਰਾਂ 'ਚ। ਦਿਲੋਂ ਚਾਹੁਣ ਵਾਲਿਆਂ ਨੇ ਇਹਨੂੰ ਛੱਡਿਆ ਨਹੀਂ ਅਤੇ ਕੈਨੇਡਾ ਅਮਰੀਕਾ ਲੈ ਆਇਆ ਕੰਟੇਨਰਾਂ 'ਚ ਚੜ੍ਹਾ ਕੇ, ਅਤੇ ਕਈਆਂ ਨੇ ਇਹਨੂੰ ਉਂਗਲ 'ਤੇ ਘੁੱਗਣ ਲਾਤਾ ਤਲਵੰਡੀਓਂ ਪ੍ਰੈਸ਼ਰ ਸਟੇਰਿੰਗ ਕਰਾ ਕੇ। ਦੇਸੀ ਘਿਓ ਨੇ ਦੇਸੀ ਰਹਿਣਾ, ਜਿੰਨੀਆਂ ਮਰਜ਼ੀ ਉਂਗਲਾਂ ਲਵੇੜ ਲਵੇੜ ਚੱਟੀ ਚੱਲਿਓ ਡਾਲਡੇ 'ਚ। 2004 ਤੋਂ ਬਾਅਦ ਭਾਵੇਂ ਬਣਨਾ ਬੰਦ ਹੋ ਗਿਆ, ਪਰ ਅੱਜ ਵੀ ਇਹਦੀ ਜੜ ਹੈਗੀ ਆ ਗੁਰੂ ਕੇ ਮਾਲਵੇ 'ਚ। ਤੇਲ 'ਚ ਡੁੱਬੀਆਂ ਇਹਦੀਆਂ ਬਰੇਕਾਂ ਅਤੇ ਸ਼ੋਅ 'ਚ ਆਈਆਂ ਹੈੱਡਲਾਈਟਾਂ ਇੱਕ ਵੱਖਰ ਜਿਹੀ ਚੀਜ਼ ਸੀ। ਹਰਜੀਤ ਬਰਾੜ ਦੇ ਮੈਚ ਇਹਦੇ 'ਤੇ ਚੜ੍ਹ ਕੇ ਵੇਖਣ ਜਾਣਾ ਇੱਕ ਮਨ ਦੀ ਹੁੰਦੀ ਰੀਤ ਸੀ। ਟੈਂਕੀ ਡੀਜ਼ਲ ਦੀ ਭਰ ਕੇ 10ਵੇਂ ਪਾਤਸ਼ਾਹ ਨੂੰ ਚੇਤੇ ਕਰਕੇ, ਦੂਜੇ ਹਾਈ 'ਚ ਲਾ ਕੇ ਪਿੱਛੇ 18 ਤਵੀਆਂ ਪਾ ਕੇ ਜਦੋਂ ਲੰਮਿਆਂ ਘੇਰਿਆਂ 'ਚ ਛੱਡਿਆ ਹੁੰਦਾ, ਫਿਰ ਤੜਕੇ ਨੂੰ ਗੂੰਜ ਐਂ ਸੁਣਦੀ ਆ ਜਿਵੇਂ ਮਾਣਕ ਦੇ ਮੇਲੇ 'ਤੇ ਜੈਜੀ ਲੱਗਿਆ ਹੁੰਦਾ। ਰਿਵਰਸ ਪੀਡੀਓ ਅਤੇ ਗੇਰਾਂ ਵਾਲੀ ਪੀਡੀਓ ਇਹਦੇ ਨਾਲ ਮੁੱਢੋਂ ਹੀ ਤੁਰੀਆਂ ਆਈਆਂ। ਇਹਦੇ ਜਨਮ ਤੋਂ ਲੈ ਕੇ ਜਦੋਂ ਚੌਕ 'ਤੇ ਸਟਾਰਟ ਖੜਾ ਹੁੰਦਾ, ਦਿਲ ਕਰਦਾ ਇਹਦੀ ਆਵਾਜ਼ ਹੀ ਸੁਣੀ ਚੱਲੀ ਜੇ ਕਾਨੇ ਵਾਲੇ ਮੂਹਰੇ 'ਤੇ ਬਹਿ ਕੇ। ਸੀਟ 'ਤੇ ਬੰਦਾ ਬੈਠਾ ਸਰਦਾਰ ਹੋਵੇ, ਡੱਬ 'ਚ MMN ਦਾ ਹਥਿਆਰ ਹੋਵੇ, ਬਾਬੇ ਬੰਦੇ ਬਹਾਦਰ ਦੀ ਚੱਲਦੀ ਵਾਰ ਹੋਵੇ ਅਤੇ ਆਵਾਜ਼ ਕੀਤੀ ਹੋਵੇ ਸੈੱਟ ਕਰਕੇ ਬੇਸ 'ਤੇ, ਮੁੰਡਾ ਹੋਏ ਜਿੰਨਾ ਨਸ਼ਾ ਚੜ੍ਹ ਜਾਂਦਾ ਜਦੋਂ ਟਾਪ ਲਾ ਕੇ ਮੁੱਕੀ ਮਾਰ ਦੇਈਦੀ ਇਹਦੀ ਹੱਥ ਵਾਲੀ ਰੇਸ 'ਤੇ, ਇਹਦੇ ਮੂਹਰੇ ਫਿੱਕਾ ਪੈ ਜਾਂਦਾ ਕਾਫਲਾ ਲਗਜ਼ਰੀ ਤੋਂ ਲਗਜ਼ਰੀ ਕਾਰਾਂ ਦਾ, ਅਮਰੀਕਾ ਦੇ ਟਰੰਪ ਜਿੰਨਾ ਦਬਕਾ ਰਣਿਆਲੇ ਵਾਲੇ, ਅੱਜ ਵੀ 61 ਦਾ, ਅੱਜ ਵੀ 61 ਦਾ।